ਪੀਜ਼ਾ ਆਪਣੇ ਕੋਲ ਕਿੱਥੇ ਪੁੱਤ? ਉਹ ਕੱਲ ਤਾਂ ਬਣਾਇਆ ਸੀ ਆਪਾਂ ਹਲੇ, ਹੈਂ? ਇਹਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਹੋਊਗਾ, ਹੈਂ? ਚੈੱਕ ਕਰ ਲੈ ਜੇ ਹੋਊਗਾ ਆਪਣੇ ਕੋਲ, ਮੈਨੂੰ ਲੱਗਦਾ ਨਹੀਂ ਆਪਣੇ ਕੋਲ ਹੈਗਾ। ਆਈਸਕ੍ਰੀਮ ਖਾਣੀ ਆ? ਹੁਣ ਠੰਡ ਪੈਂਦੀ ਤੈਨੂੰ ਆਈਸਕ੍ਰੀਮ ਸੋਚਦੀ ਆ। ਸਤਿ ਸ਼੍ਰੀ ਅਕਾਲ ਤਬਲਾ ਪੁੱਤ ਫਿਰ ਸਾਰਿਆਂ ਨੂੰ ਬੋਲੀ ਆਈਸਕ੍ਰੀਮ ਬਚ ਕੇ ਬਣ ਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਾਲ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਕਦੀ ਕਦੀ ਬੋਲਦੀ ਹੈ ਜੀ ਗਲੀਨ ਸਤਿ ਸ਼੍ਰੀ ਅਕਾਲ, ਮੰਮੀ ਜਦੋਂ ਫੋਨ ਕਰਦੀ ਹੈ ਬੜਾ ਜ਼ੋਰ ਲਾਉਂਦੀ, ਸਤਿ ਸ਼੍ਰੀ ਅਕਾਲ ਬੁਲਾਉਂਦੀ ਨਹੀਂ ਹੈਗੀ ਉਹਨਾਂ ਨੂੰ, ਪਰ ਕੈਮਰੇ ਦੇ ਮੂਹਰੇ ਜਦੋਂ ਆਉਂਦੀ ਹੈ ਵੀਡੀਓ ਬਣਾਉਣ ਤੋਂ ਜ਼ਰੂਰ ਬੁਲਾਉਂਦੀ ਸਤਿ ਸ਼੍ਰੀ ਅਕਾਲ। ਹਾਂਜੀ ਆਈਸਕ੍ਰੀਮ ਤੂੰ, ਮੈਂ ਵੀ ਖਾਣਾ ਆਈਸਕ੍ਰੀਮ, ਮੈਂ ਵੀ ਖਾ ਲੈਣਾ ਪੁੱਤ, ਕੋਈ ਨਾ, ਥੈਂਕ ਯੂ, ਮੈਂ ਲੈ ਲੈਣਾ ਪੁੱਤ, ਮੈਂ ਲੈ ਲੈਣਾ, ਮੈਂ ਲੈ ਲੈਣਾ ਪੁੱਤ। ਲਓ ਜੀ ਆਪਣਾ ਫਰੀਜ਼ਰ ਕੋਲ ਹੀ ਰੱਖਿਆ ਹੁੰਦਾ, ਜਿੰਨੀਆਂ ਮਰਜ਼ੀ ਕੱਢ ਕੱਢ ਖਾਈ ਜਾਓ, ਹੈ ਨਾ, ਹੈ ਗਰਲੀਨ? ਚੋਕਲੇਟ ਆਈਸਕ੍ਰੀਮ ਇਟਸ ਟੇਸਟੀ, ਹੈ ਨਾ, ਇਟ ਇਜ਼ ਟੇਸਟੀ। ਆ ਜਾਓ ਜੀ ਆਈਸਕ੍ਰੀਮ ਖਾਈਏ, ਕੁਲਫੀ, ਕੁਲਫੀ ਖਾਈਏ, ਕੁਲਫੀ ਤਾਂ ਯਾਦ ਆ ਜਿਹੜੀ ਪੁਰਾਣੇ ਪੁਰਾਣੇ ਜ਼ਮਾਨੇ ਦੇ ਕਹਿ ਸਕਦੇ ਆਪਾਂ, ਹੁਣ ਤਾਂ ਪੁਰਾਣਾ ਜ਼ਮਾਨਾ ਹੀ ਹੋ ਗਿਆ ਆਪਣਾ, ਹੈ ਨਾ ਗਲੀ? ਉਹ ਛਿੜਤੀ ਪੁੱਤ ਥੱਲੇ ਯਾਰ ਗਈ, ਹੁਣ ਮੇਰੇ ਵਾਲੀ ਲੈਣੀ ਆ, ਨਿੰਨਾ ਮੀ ਇਹ ਮੇਰੀ ਆ, ਤੂੰ ਆਪਦੀ ਥੱਲੇ ਛੁੱਟੀ ਆ, ਹੁਣ ਮੈਂ ਹੀ ਕਰਾਂ? ਓ ਲੈ ਫੜ ਪੁੱਤ, ਲੈ ਲਾ, ਲੈ ਲਾ, ਅੱਜ ਹੈਪੀ ਪੀ 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 ਪੀ, ਹੈਂ? ਆਪ ਜਿਹੜੀ ਥੱਲੇ ਸਿੱਟ ਕੇ ਖਰਾਬ ਕਰਤੀ ਮੇਰੇ ਵਾਲੀ ਲੈ ਲਈ, ਫਿਰ ਹੁਣ ਡੈਡੀ ਕੀ ਖਾਊਗਾ, ਹੈਂ? ਉਹ ਗੁੱਲੀ ਮੈਂ ਗੱਲ ਕਰ ਲਾਂਗਾ ਜੀ, ਪੁਰਾਣੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਕੁਲਫੀ ਵਾਲਿਆਂ ਦੀ, ਉਦੋਂ ਆਉਂਦੇ ਹੁੰਦੇ ਸੀ ਉਹ ਇੱਕ ਲਾਲ ਲਾਲ ਜੀ ਹੁੰਦੀ ਸੀ ਕੁਲਫੀ, ਅਤੇ ਪਤਾ ਨਹੀਂ ਕਿਹੜੇ ਕਲਰ ਦੀ ਹੁੰਦੀ, ਪਰ ਲਾਲ ਮੈਨੂੰ ਯਾਦ ਆ, ਬੜੀ ਟੇਸਟੀ ਲੱਗਦੀ ਹੁੰਦੀ ਸੀ। ਉਹ ਜਦੋਂ ਆਪਣੇ ਕਣਕਾਂ ਵੱਢਦੇ ਹੁੰਦੇ ਸੀ ਛੋਟੇ ਹੁੰਦੇ ਸੀ ਕਣਕਾਂ, ਫਿਰ ਉਹ ਦਾਣੇ ਜੇ ਇਕੱਠੇ ਕਰਨੇ ਖੱਤੇ 'ਚ ਚੱਲ ਜਾਂਦੇ, ਜਵਾਕ ਇਕੱਠੇ ਹੋ ਕੇ ਫਿਰ ਉੱਥੇ ਥੋੜ੍ਹੇ ਬਹੁਤੇ ਦਾਣੇ ਜਿਹੜੇ ਇਕੱਠੇ ਹੁੰਦੇ ਉਹ ਉਹਨੂੰ ਦੇਖ ਕੇ ਕੁਲਫੀ ਲੈਂਦੇ ਖਾਂਦੇ, ਬਹੁਤ ਸਵਾਦ ਆਉਂਦਾ ਸੀ। ਪੁਰਾਣੀਆਂ ਗੱਲਾਂ ਨੇ ਯਾਰੇ ਬੜੇ ਹੁੰਦੇ ਸੀਗੇ। ਉਹ ਨੰਗੀ ਪੁੱਤ ਬੱਸ ਕਿੰਨੇ ਬੰਦੇ ਆ? ਦੋ ਬੰਦੇ ਬੈਠੇ ਆ ਜੀ ਇਹ 'ਚ ਬੱਸ 'ਚ, ਉਹ ਵੀ ਇੱਕ ਸੀਟ 'ਤੇ ਬੈਠੇ ਆ, ਹੈ ਨਾ, ਸਿਰਫ ਦੋ ਬੰਦੇ। ਏਅਰਪੋਰਟ ਨੂੰ ਥੋੜੀ ਜਾਂਦੀ ਆ ਪੁੱਤ, ਏਅਰਪੋਰਟ ਨੂੰ ਨਹੀਂ ਜਾਂਦੀ ਇਹ, ਇਹ ਜਾਂਦੀ ਆ, ਇਹ ਜਾਊਗੀ ਓਸਲੋ ਸਿਟੀ, ਨਹੀਂ ਸਿਟੀ ਤੋਂ ਫਿਰ ਉਹ ਏਅਰਪੋਰਟ ਨੂੰ ਜਾਂਦੀਆਂ ਨੇ ਪੁੱਤ, ਹੋਮ ਏਅਰਪੋਰਟ। ਤੂੰ ਜਾਣਾ ਇੰਡੀਆ ਜਾਣਾ? ਨਹੀਂ ਜਾਣਾ ਨੀ, ਕਿਉਂ? ਚਾਚੂ ਦੇ ਕੋਲ ਜਾਣਾ ਕਿ ਚਾਚੂ ਆਈ ਐਮ ਕਮਿੰਗ, ਕਹੀਂ? ਨਹੀਂ ਜਾਣਾ ਨੀ ਹੈ, ਨਹੀਂ ਭਾਈ ਇਹ ਨਹੀਂ ਆਉਂਦੀ ਹੈਗੀ, ਚਲੋ। ਟੇਸਟੀ ਆ, ਟੇਸਟੀ ਆ ਪਾਪਾ। ਹਾਂਜੀ ਦੈਨਾ ਬਹੁਤ ਆ ਟੇਸਟੀ। ਪੂਰੀ ਠੰਡ ਹੁੰਦੀ ਹੈ ਆਈਸਕ੍ਰੀਮਾਂ ਬਹੁਤ ਖਾਂਦੀ ਆ ਇਹ, ਅਤੇ ਇੱਕ ਖਾਂਦੀ ਆ ਇਹ ਫਰੀਜ਼ ਕੀਤੀਆਂ ਹੋਈਆਂ ਸਬਜ਼ੀਆਂ, ਮਟਰ ਹੋ ਗਏ, ਆਪਣੀ ਗੋਭੀ ਹੋ ਗਈ ਜਿਹੜੀ ਫਰੀਜ਼ ਕੀਤੀ ਹੁੰਦੀ, ਕਹਿੰਦੀ ਮੈਨੂੰ ਇਹੀ ਦੇ ਦਿਉ ਮੈਂ ਇਹੀ ਖਾਣੀ, ਜਿਹੜੀ ਆਪਣੀ ਤੜਕੇ ਲੱਗੇ ਵਾਲੀ ਸਬਜ਼ੀ ਹੁੰਦੀ ਆ ਉਹ ਨਹੀਂ ਖਾਂਦੀ ਇਹ। ਡਾਟਾ ਮੈਂ ਪੁੱਤ ਹੁਣ ਇੱਥੇ ਡਾਟਾ ਤੋੜੀ ਲਿਆ, ਕਿਉਂ ਉਹ ਤਾਂ ਅੰਦਰ ਪਿਆ ਗਾ, ਇਹਨੂੰ ਜੇ ਆਪਾਂ ਸਬਜ਼ੀ ਬਣਾ ਲੈਣਾ ਆਪਣੇ ਘਰ ਵਾਲੀ, ਜਿਵੇਂ ਦਾਲ ਬਣਾ ਲਈ ਜਾਂ ਸਬਜ਼ੀ ਬਣਾ ਲਈ, ਕੋਈ ਵੀ ਉਹਨੂੰ ਤੜਕਾ ਲਾ ਲੈਣਾ ਜਦੋਂ ਫੇਰ ਨਹੀਂ ਖਾਂਦੀ ਹੈ, ਉੱਦਾਂ ਕੱਚੀਆਂ ਵਾਲੀਆਂ ਹੋਈਆਂ ਜ਼ਰੂਰ ਖਾ ਲੈਂਦੀ ਆ, ਜਦੋਂ ਤੜਕਾ ਲੱਗ ਗਿਆ ਫੇਰ ਨਹੀਂ। ਅੱਜ ਅਸੀਂ ਤੇਲ ਲਾਉਂਦੇ ਅਤੇ ਮਾਂ ਚੱਲ ਮੈਂ ਵੀ ਵਾਲਾਂ ਨੂੰ ਤੇਲ ਲਾ ਲਾਂ, ਇਹ ਵੀ ਲਾ ਲੂਗੀ, ਬਲਵੀਰ ਮੇਰੇ ਲਾਉਣ ਲੱਗ ਗਈ, ਮੈਂ ਇਹਦੇ ਲਾਉਣ ਲੱਗ, ਅਸੀਂ ਤਿੰਨੇ ਬਹਿ ਗਏ ਇੱਦਾਂ ਲਾਈਨ 'ਚ, ਅਤੇ ਇਹਦੇ ਤਾਂ ਤੇਲ ਆਇਆ ਦੂਜਾ ਜਿਹੜਾ ਬੱਚਿਆਂ ਵਾਲਾ ਹੁੰਦਾ, ਅਤੇ ਮੈਂ ਲਾਇਆ ਸਰੋਂ ਦਾ, ਇੱਥੇ ਸਰੋਂ ਵਾਲਾ ਤੇਲ ਉਹ ਮਿਲ ਜਾਂਦਾ ਗਾ ਮੇਰੇ ਖਿਆਲ 'ਚ, ਸਾਨੂੰ ਮਿਲਿਆ ਇੱਕ ਲੀਟਰ ਉਹ ਆਹੋ 50-55 ਕੁ ਕਰੋਨੇ ਦਾ ਮਿਲਿਆ ਇੱਧਰ, ਜਿਹੜਾ ਕਿ ਬਣ ਜਾਂਦਾ ਆਪਣਾ ਲਾਈਏ ਆਪਾਂ 450 ਦੇ ਕਰੀਬ ਚਲੇ ਜਾਂਦਾ ਇੱਕ ਲੀਟਰ ਸਰੋਂ ਦਾ ਤੇਲ। ਅਤੇ ਬਾਅਦ 'ਚ ਕਹਿੰਦੀ ਜਦੋਂ ਮੇਰਾ ਸਿਰ ਇਹਨੇ ਲੁਕਤ ਲੈਣ ਲੱਗ ਗਈ, ਲੁਕਤ ਹੁੰਦਾ ਵੀ ਸੁੰਘਣ ਲੱਗ ਗਈ,
ਕਹਿੰਦੀ ਆ ਅੱਛਾ ਕਹਿੰਦੀ ਲੁੱਕ ਤਾਂ ਕਹਿੰਦੀ ਵਧੀਆ ਨਹੀਂ ਆਉਂਦੀ ਕਹਿੰਦੀ ਖੁਸ਼ਬੂ ਵਧੀਆ ਨਹੀਂ ਆਉਂਦੀ ਹੈਗੀ ਮੈਂ ਕਿਹਾ ਪੋ ਤੇਰੇ ਤੋਂ ਤਾਂ ਬੜੀ ਸੋਹਣੀ ਹੁੰਦੀ ਹੈ ਸਾਡੀ ਤਾਂ ਲੁੱਕ ਤਾਂ ਇਹੋ ਜਿਹੀ ਹੁੰਦੀ ਆ ਹਨਾ ਕਿ ਲੀਨ ਲੁੱਕ ਤਾਂ ਕਹਿੰਦੇ ਪੁੱਤ ਦੇਖੀ ਲੁੱਕ ਤਾਂ ਹਣ ਕੁੱਤ ਪਹਿਲਾਂ ਤਾਂ ਕਹੀ ਤੀ ਯੱਕ ਯੱਕ ਪਸੰਦ ਨਹੀਂ ਕਰਦੇ ਜਵਾਕ ਛੋਟੀ ਜਿਹੀ ਆਉਣ ਵਾਲੇ ਹਲੇ ਹਨਾ ਛੋਟੀ ਜਿਹੀ ਆਉਣ ਵਾਲੇ ਪਹਿਲਾਂ ਆਪਦੇ ਵਾਲੀ ਛਿੜਤੀ ਥੱਲੇ ਫਿਰ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਕਹਿੰਦੀ ਤੂੰ ਖਾ ਲਾ ਫਿਰ ਮੈਨੂੰ ਕਹਿੰਦੀ ਤੂੰ ਮੈਨੂੰ ਦੇ ਆਪਦੇ ਵਾਲੀ ਹੁਣ ਓਏ ਥੈਂਕ ਯੂ ਛਿੱਟਣਾ ਨਹੀਂ ਹੁਣ ਇਹ ਵੀ ਤੂੰ ਆਹ ਇੱਧਰ ਚੋਕਲੇਟ ਲੱਗੀ ਵੀ ਉਹਦੇ ਚੋਕਲੇਟ ਚੋਕਲੇਟ ਖਾ ਗਈ ਇੱਧਰਲੀ ਸਾਈਡ 'ਤੇ ਲੱਗੀ ਆ ਮੈਨੂੰ ਫੜਾਤੀ ਇਹਦੀ ਭੁੱਲ ਗਈ ਹੁਣ ਕਹਿੰਦੀ ਹੋਰ ਖਾਣੀ ਆ ਆਹ ਦਿਸ ਹੀ ਨਹੀਂ ਸੀ ਪਹਿਲਾਂ ਹੁਣ ਦਿਸ ਗਈ ਖਾ ਫਿਰ ਭੁੱਲ ਗਈ ਸੀ ਹੈ ਕਿੱਦਾਂ ਯਾਰ ਲੋਕ ਹੈ ਹੀ ਨੀ ਕੋਈ ਬਾਹਰੇ ਬੰਦਾ ਦਿਸਦਾ ਹੀ ਨੀ ਹੈਗਾ ਕੋਈ ਕੀ ਇਹ ਬਿਮਾਰੀ ਜੀ ਨੇ ਕੰਮ ਖਰਾਬ ਕਰਤਾ ਲੋਕਾਂ ਦਾ ਵਿਚਾਰਿਆਂ ਦਾ ਸਾਰੇ ਘਰੇ ਬੈਠੇ ਆ ਚਲੋ ਤੇ ਚੱਲਦਾ ਹੀ ਰਹਿੰਦਾ ਦੁਨੀਆਂ 'ਤੇ ਦੁੱਖ ਸੁੱਖ ਆਉਂਦੇ ਰਹਿੰਦੇ ਆ ਆਪਦਾ ਖਿਆਲ ਰੱਖੋ ਜੀ ਸਾਰੇ ਹੋਰ ਕੋਈ ਗੱਲਬਾਤ ਕਲੀ ਕੋਈ ਗੱਲਬਾਤ ਨਹੀਂ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਠੀਕ ਹੈ ਜੀ ਅਤੇ ਆਪਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਆਪਦਾ ਸਾਰੇ ਜਾਣੇ ਖਿਆਲ ਰੱਖੋ ਇਹ ਵਾਇਰਸ ਨੂੰ ਥੋੜ੍ਹਾ ਜਿਹਾ ਸੀਰੀਅਸ ਲੈ ਕੇ ਚੱਲੋ ਠੀਕ ਹੈ ਜੀ ਅਤੇ ਆਪਣੇ ਹੱਥਾਂ ਦੀ ਟਾਈਮ ਟਾਈਮ ਨਾਲ ਸਫਾਈ ਕਰਦੇ ਰਹੋ ਅਤੇ ਜੇ ਬਾਹਰੇ ਜਾਂਦੇ ਹੋ ਬਹੁਤ ਜ਼ਰੂਰੀ ਹੈ ਇਹ ਗੱਲ ਧਿਆਨ ਵਿੱਚ ਰੱਖੋ ਆਪਣੇ ਹੱਥ ਅੱਖਾਂ ਅਤੇ ਨੱਕ ਅਤੇ ਮੂੰਹ ਨੂੰ ਨਾ ਲਾਇਓ ਅਤੇ ਘਰ ਆ ਕੇ ਸਭ ਤੋਂ ਪਹਿਲਾਂ ਆਪਣੇ ਹੱਥ ਸਾਫ਼ ਕਰਨੇ ਠੀਕ ਹੈ ਜੀ